ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਸੜਕਾਂ ਦੇ ਉੱਤੇ ਖਿਲਰੇ ਹੋਏ ਆ, ਫਟੇ ਹੋਏ ਆ, ਕੋਈ ਪ੍ਰਸ਼ਾਸਨ ਨਾਂ ਦੀ ਉੱਥੇ ਚੀਜ਼ ਨਾ ਦਿੱਤੀ ਕਿ ਕੋਲ ਖੜ੍ਹ ਕੇ ਪੁਲਿਸ ਜਿਹੜੀ ਆ ਲੇਡੀ ਦੇ ਜਿਹੜੇ ਆ ਉਹ ਨਾਮਜ਼ਦਗੀ ਪੱਤਰ ਖੁਆ ਰਹੀ ਹੈ, ਉਹ ਮੂੰਹ ਦੇ ਉੱਤੇ ਖੜ੍ਹੀ ਲੇਡੀ ਉਹਨਾਂ ਦੇ ਕਹਿ ਰਹੀ ਹੈ ਕਿ ਇਹ ਜ਼ਿੰਮੇਵਾਰ ਨੇ। ਮਜੀਠਾ ਦੇ ਵਿੱਚ ਵੀ ਮਜੀਠਾ ਸਾਹਿਬ ਨੇ ਹੁਣੇ ਵੀਡੀਓ ਜਾਰੀ ਕੀਤੀ ਹੈ ਕਿ ਜਿਹੜੇ ਰੂਲਿੰਗ ਪਾਰਟੀ ਦੇ ਚਹੇਤੇ ਨੇ ਉਹ ਤਾਂ ਪਿਛਲੀਆਂ ਖਿੜਕੀਆਂ ਦੇ ਵਿੱਚੋਂ ਦੀ ਨਾਮਜ਼ਦਗੀ ਜਾ ਕੇ ਦਾਖਲ ਕਰ ਰਹੇ ਆ ਅਤੇ ਬਾਕੀਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ ਜਾਂਦਾ। ਪ੍ਰਸ਼ਾਸਨ ਨੂੰ ਹੁਣ ਤੋਂ ਹੀ ਜ਼ਿੰਮੇਵਾਰ ਬਣਾਇਆ ਜਾਵੇ SSPਾਂ ਨੂੰ ਕਿ ਹਰ ਬੰਦਾ ਭਾਵੇਂ ਸ਼ਾਮ ਤੱਕ ਲਾਈਨਾਂ ਲੱਗੀਆਂ ਰਹਿਣ, ਸਾਰਿਆਂ ਦੇ ਨੋਮੀਨੇਸ਼ਨ ਪੱਤਰ ਦਾਖਲ ਹੋਣੇ ਚਾਹੀਦੇ। ਪਰ ਬਹੁਤ ਅਫਸੋਸ ਹੈ ਕਿ ਜੋ ਹਾਲਾਤ ਚੱਲ ਰਹੇ ਆ ਇਹ ਡੈਮੋਕ੍ਰੇਸੀ ਦਾ ਬਹੁਤ ਵੱਡਾ ਮਾਡਰ ਹੈ। ਕੱਲ੍ਹ ਅਸੀਂ ਸੂਬੇ ਦੇ ਚੋਣ ਕਮਿਸ਼ਨ ਨੂੰ ਜਾ ਕੇ ਅਤੇ ਆਪਣੇ ਖਦਸ਼ੇ ਜ਼ਾਹਰ ਕਰਕੇ ਆਏ ਸੀ ਕਿ ਕੱਲ੍ਹ ਆਖਰੀ ਦਿਨ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾਏਗਾ, ਔਰ ਜੋ ਅਸੀਂ ਖਦਸ਼ੇ ਜ਼ਾਹਰ ਕੀਤੇ ਸੀ ਅੱਜ ਉਸ ਤੋਂ ਵੀ ਵੱਧ ਜਿਹੜਾ ਡੈਮੋਕ੍ਰੇਸੀ ਦਾ ਮਾਡਲ ਹੈ ਉਹ ਭਗਵੰਤ ਮਾਨ ਸਰਕਾਰ ਦੀ ਸ਼ਹਿਰ ਦੇ ਉੱਤੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ। ਮੋਗਾ ਦੇ ਵਿੱਚ ਸ਼ਰੇਆਮ ਗੋਲੀਆਂ ਚੱਲੀਆਂ, ਸਾਰੇ ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਆ ਸੜਕਾਂ ਦੇ ਉੱਤੇ ਖਿਲਰੇ ਹੋਏ ਆ, ਫਟੇ ਹੋਏ ਆ, ਕੋਈ ਪ੍ਰਸ਼ਾਸਨ ਨਾਂ ਦੀ ਉੱਥੇ ਚੀਜ਼ ਨਾ ਦਿੱਤੀ। ਧਰਮਕੋਟ ਦੇ ਵਿੱਚ ਅਸੀਂ ਵੀਡੀਓ ਨਾਲ ਦੀ ਨਾਲ ਜਾਰੀ ਕੀਤੀਆਂ ਕਿ ਕੋਲ ਖੜ੍ਹ ਕੇ ਪੁਲਿਸ ਜਿਹੜੀ ਹੈ ਲੇਡੀ ਦੇ ਜਿਹੜੇ ਆ ਉਹ ਨਾਮਜ਼ਦਗੀ ਪੱਤਰ ਖੁਆ ਰਹੀ ਹੈ, ਉਹ ਮੂੰਹ ਦੇ ਉੱਤੇ ਖੜ੍ਹੀ ਲੇਡੀ ਉਹਨਾਂ ਦੇ ਕਹਿ ਰਹੀ ਹੈ ਕਿ ਇਹ ਜ਼ਿੰਮੇਵਾਰ ਨੇ, ਇਹਨਾਂ ਨੇ ਮੇਰੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਖੁਆਏ ਆ। ਉੱਥੇ ਲਾਈਨ 'ਚ ਲੱਗੇ ਬੰਦਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ, ਔਰ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸੀ ਉਹਨਾਂ ਨੂੰ ਅਰੈਸਟ ਕਰਕੇ ਅਤੇ ਜਿਹੜਾ ਥਾਣੇ 'ਤੇ ਜਾਇਆ ਗਿਆ ਤਾਂ ਜੋ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕਣ। ਮਜੀਠਾ ਦੇ ਵਿੱਚ ਵੀ ਮਜੀਠਾ ਸਾਹਿਬ ਨੇ ਹੁਣੇ ਵੀਡੀਓ ਜਾਰੀ ਕੀਤੀ ਹੈ ਕਿ ਜਿਹੜੇ ਰੂਲਿੰਗ ਪਾਰਟੀ ਦੇ ਚਹੇਤੇ ਨੇ ਉਹ ਤਾਂ ਪਿਛਲੀਆਂ ਖਿੜਕੀਆਂ ਦੇ ਵਿੱਚੋਂ ਦੀ ਨਾਮਜ਼ਦਗੀ ਜਾ ਕੇ ਦਾਖਲ ਕਰ ਰਹੇ ਆ ਅਤੇ ਬਾਕੀਆਂ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ ਜਾਂਦਾ। ਇਸੇ ਤਰ੍ਹਾਂ ਭਿੱਖੀ ਪਿੰਡ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ, ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਵਾਇਰਸ ਦੀਆਂ ਖਬਰਾਂ ਜਿਹੜੀਆਂ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਪੱਧਰ 'ਤੇ ਆ ਰਹੀਆਂ। ਅਸੀਂ ਜਿਹੜਾ ਚੋਣ ਕਮਿਸ਼ਨਰ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ ਜਿੱਥੇ ਵੀ ਇਹ ਹੋਇਆ ਇੱਕ ਤਾਂ ਪ੍ਰਸ਼ਾਸਨ ਦੇ ਜਿਨ੍ਹਾਂ ਅਧਿਕਾਰੀਆਂ ਦੀ ਮਿਲੀ ਭੁਗਤ ਹੈ ਜਾਂ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਉਹਨਾਂ ਨੂੰ ਸਖਤੀ ਨਾਲ ਅੱਜ ਹੀ ਐਕਸ਼ਨ ਲਓ, ਔਰ ਜਿੱਥੇ ਕਾਗਜ਼ ਪਾੜੇ ਗਏ ਆ ਉਹਨਾਂ ਨੂੰ ਸਮਾਂ ਦਿਓ ਕਿ ਦੁਬਾਰਾ ਉਹ ਨੋਮੀਨੇਸ਼ਨ ਆਪਣੀ ਫਾਈਲ ਕਰ ਸਕਣ। ਔਰ ਜਿਹੜਾ ਅਗਲਾ ਖਦਸ਼ਾ ਹੈ ਕਿ ਜਿਉਂ ਜਿਉਂ 3 ਵਜੇ ਦਾ ਟਾਈਮ ਨੇੜੇ ਹੋਣਾ ਇਹ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਜ਼ਿੰਮੇਵਾਰ ਬਣਾਇਆ ਜਾਵੇ SSPਾਂ ਨੂੰ ਕਿ ਹਰ ਬੰਦਾ ਭਾਵੇਂ ਸ਼ਾਮ ਤੱਕ ਲਾਈਨਾਂ ਲੱਗੀਆਂ ਰਹਿਣ, ਸਾਰਿਆਂ ਦੇ ਨੋਮੀਨੇਸ਼ਨ ਪੱਤਰ ਦਾਖਲ ਹੋਣੇ ਚਾਹੀਦੇ। ਪਰ ਬਹੁਤ ਅਫਸੋਸ ਹੈ ਕਿ ਜੋ ਹਾਲਾਤ ਚੱਲ ਰਹੇ ਆ ਇਹ ਡੈਮੋਕ੍ਰੇਸੀ ਦਾ ਬਹੁਤ ਵੱਡਾ ਮਾਡਰ ਹੈ। ਇੱਦਾਂ ਤਾਂ ਸਰਕਾਰ ਉੱਦਾਂ ਹੀ ਐਲਾਨ ਕਰਦੀ ਕਿ ਅਸੀਂ ਸਾਰੀਆਂ ਚੀਜ਼ਾਂ ਜਿੱਤ ਲਈਏ, ਇੱਦਾਂ ਦੀ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ।